ਰੇਤੇ ਦੇ ਨਾਲ ਓਵਰਲੋਡ ਭਰਿਆ ਇੱਕ ਟਿਪਰ ਢਾਬੇ ਦੇ ਉੱਤੇ ਹੀ ਪਲਟੀ ਹੋ ਜਾਂਦਾ ਜਿਸ ਦੇ ਕਾਰਨ ਢਾਬੇ ਤੇ ਕੰਮ ਕਰਨ ਵਾਲਾ ਕਰਿੰਦਾ ਜੋ ਹੈ ਉਹ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਟਿਪਰ ਢਾਬੇ ਤੇ ਪਲਟਿਆ ਤਾਂ ਕਰਿੰਦਾ ਜੋ ਹੈ ਉਹ ਟਿਪਰ ਦੇ ਹੇਠਾਂ ਆ ਜਾਂਦਾ ਜਿਸ ਨੂੰ ਕਿ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਤਾਂ ਬੀਤੀ ਰਾਤ ਗੜਸ਼ੰਕਰ ਨੰਗਲ ਪਿੰਡ ਸ਼ਾਹਪੁਰ ਦੇ ਨਜ਼ਦੀਕ ਇੱਕ ਢਾਬੇ ਦੇ ਉੱਪਰ ਓਵਰਲੋਡ ਰੇਤ ਨਾਲ ਪੜਿਆ ਟਿੱਪਰ ਪਲੜ ਗਿਆ ਜਿਸ ਦੇ ਕਾਰਨ ਢਾਬਾ ਨੁਕਸਾਨੇ ਆ ਗਿਆ ਪਰੰਤੂ ਰਾਹਤ ਵਾਲੀ ਖਬਰ ਰਹੀ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਜਾਣਕਾਰੀ ਦਿੰਦੇ ਢਾਬੇ ਦੇ ਮਾਲਕ ਅਤੇ ਪਿੰਡ ਸ਼ਾਹਪੁਰ ਦੇ ਸਰਪੰਚ ਜਸਵੰਤ ਨੇ ਦੱਸਿਆ ਕਿ ਗੜਸ਼ੰਕਰ ਨੰਗਲ ਰੋਡ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹਰ ਰੋਜ਼ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਓਵਰਲੋਡ ਟਿੱਪਰ ਚੱਲਦੇ ਹਨ ਜਿਸ ਦੇ ਕਾਰਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ ਅੱਜ ਜਦੋਂ ਉਹ ਟਾਬੇ ਤੇ ਮੌਜੂਦ ਸੀ ਤਾਂ ਇੱਕ ਓਵਰਲੋਡ ਟਿਪਰ ਕਸਬਾ ਝੁੱਗੀਆਂ ਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਉਹਨਾਂ ਦੇ ਟਾਬੇ ਦੇ ਕੋਲ ਪੁੱਜਾ ਤਾਂ ਇੱਕਦਮ ਪਲੜ ਗਿਆ ਜਿਸ ਦੇ ਕਾਰਨ ਉਹਨਾਂ ਦੇ ਟਾਬੇ ਤੇ ਕੰਮ ਕਰਨ ਵਾਲਾ ਕਰਿੰਦਾ ਹੀਠਾ ਆ ਗਿਆ ਜਿਸ ਨੂੰ ਕੀ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਟਾਬੇ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਨੇ ਦੱਸਿਆ ਕਿ ਇਸ ਹਾਦਸੇ ਉਪਰੰਤ ਟਾਬੇ ਤੇ ਕੰਮ ਕਰਨ ਵਾਲੇ ਬਾਕੀ ਕਰਿੰਦਿਆਂ ਵਿੱਚ ਵੀ ਹੁਣ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਓਵਰਲੋਡ ਟਿਪਰਾਂ ਦੇ ਉੱਪਰ ਸਿਕੰਜਾ ਕੱਸਿਆ ਜਾਵੇ ਕਾ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਇਹ ਜਿਹੜਾ ਰੋਡ ਨੰਗਲ ਰੋਡ ਗੜਸ਼ੰਕਰ ਤੋਂ ਨੰਗਰ ਰੋਡ ਹੈ ਇਹ ਤਾਂ ਹਾਦਸਿਆਂ ਦਾ ਕੇਂਦਰ ਬਣ ਗਿਆ ਹੈ ਇੱਥੇ ਰੋਜ਼ ਕੋਈ ਨਾ ਕੋਈ ਟਿੱਪਰ ਪਲਟਿਆ ਰਹਿੰਦਾ ਹੈ ਕਦੇ ਐਕਸੀਡੈਂਟ ਹੋ ਗਏ ਕਦੇ ਕੋਈ ਥੱਲੇ ਆ ਗਿਆ ਕਦੇ ਕੁਛ ਹੋ ਗਿਆ ਕਦੇ ਕੁਛ ਹੋ ਗਿਆ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਸਰਕਾਰ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਇਹ ਓਵਰ ਲੋਡ ਗੱਡੀਆਂ ਲੈ ਕੇ ਤੁਰੇ ਫਿਰਦੇ ਨੇ ਟਿੱਪਰ ਜਿਹੜੇ ਆ ਬਹੁਤ ਪੁਰਾਣੀਆਂ ਹੀ ਔਰ ਖਸਤਾ ਹਾਲ ਦੇ ਆ ਇਨਾਂ ਤੇ ਪਾਬੰਦੀਆਂ ਲਗਣੀਆਂ ਚਾਹੀਦੀਆਂ ਨੇ ਟਿਪਰਾਂ ਨੂੰ ਜਿੰਨਾ ਇਹਨਾਂ ਦੇ ਉੱਪਰ ਵਜ਼ਨ ਪਾਣ ਦਾ ਹੱਕ ਹੈਗਾ ਉਹਨਾਂ ਪਵਾਇਆ ਜਾਵੇ ਤੇ ਬਾਦੂ ਜਿਹੜੇ ਟਿਪਰ ਵਜ਼ਨ ਪਾ ਕੇ ਓਵਰਲੋਡ ਹੋ ਕੇ ਚੱਲਦੇ ਆ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਜੇ ਚਲਾਨ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਦੇਖੋ ਇੱਥੇ ਕੋਈ ਨਾ ਕੋਈ ਇਸ 2 ਮਹੀਨਿਆਂ ਦੇ ਵਿੱਚ 6ਵਾਂ 7ਵਾਂ ਹਾਦਸਾ ਆਇਆ ਜਿਹਦੇ ਵਿੱਚ ਸਾਡੇ ਹੀ ਪਿੰਡ ਦੇ ਦੋ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਇੱਕ ਪੰਜ ਬੰਦੇ ਸਾਡੇ ਹੁਣੇ ਹੀ ਜਸਟ ਇੱਕ ਹਫਤੇ ਤੋਂ ਪਹਿਲਾਂ ਇੱਕ ਹਫਤੇ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਹੈ ਟੱਕਰ ਹੋਈ ਹੈ ਜਿਹਦੇ ਨਾਲ ਪੰਜ ਬੰਦੇ ਜਿਹੜੇ ਉਹ ਗਾਇਲ ਹੋ ਗਏ ਐਸ ਵੇਲੇ ਸਰਕਾਰੀ ਹਸਪੀਟਲ ਨਮਾ ਸ਼ਹਿਰ ਚ ਚਾਹਲ ਹੈ ਅੱਜ ਫਿਰ ਇਹ ਜਿਹੜਾ ਟਿਪਰ ਨੇ ਪਲਟ ਗਿਆ ਤੇ ਜਿਹਦੇ ਨਾਲ ਸਾਡੇ ਢਾਬੇ ਦੇ ਜਿਹੜੇ ਵਰਕਰ ਹੈ ਉਹ ਬੜੀ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਹੈ ਇੱਕ ਵਰਕਰ ਨੂੰ ਅਸੀਂ ਪਿੱਛੋਂ ਦੇ ਦੇ ਵਿੱਚੋਂ ਕੱਢਿਆ ਥੱਲੇੋਂ ਤੇ ਬਾਕੀ ਜਿਹੜੇ ਵਰਕਰ ਹੈ ਉਹ ਇੰਨੇ ਕਿ ਡਰ ਗਏ ਆ ਕਿ ਢਾਬੇ ਤੇ ਕੰਮ ਕਰਨ ਨੂੰ ਤਿਆਰ ਨਹੀਂ ਆ ਇਸ ਵਕਤ ਜਿਸਲੇ ਹਾਦਸਾ ਹੋਇਆ ਉਸ ਵੇਲੇ ਢਾਬੇ ਤੋਂ 30 ਤੋਂ 40 ਬੰਦੇ ਜਿਹੜੇ ਆ ਉਹ ਬੈਠੇ ਸੀ ਤੇ ਚਾਹ ਪਾਣੀ ਦਾ ਕੰਮ ਚੱਲਦਾ ਸੀ ਪਰ ਜਿਹੜੀ ਸਰਕਾਰ ਐਨੀ ਕ ਨਕਮੀ ਹੋ ਚੁੱਕੀ ਐ ਐਨੀ ਕ ਇਹ ਸਰਕਾਰ ਜਿਹੜੀ ਐ ਭ੍ਰਿਸ਼ਟ ਹੋ ਚੁੱਕੀ ਐ ਕਿ ਇਹ ਆਪਣੇ ਲੈਣ ਦੇਣ ਦੇ ਚੱਕਰ ਦੇ ਵਿੱਚ ਇਹਨਾਂ ਓਵਰਲੋਡ ਗੱਡੀਆਂ ਨੂੰ ਨਹੀਂ ਰੋਕਦੀ ਜਿਹਦੇ ਨਾਲ ਇਸ ਰੋਡ ਦੇ ਉੱਪਰ ਜਿਹੜੇ ਉਹ ਹਾਸ਼ੇ ਹੁੰਦੇ ਆ ਤੇ ਵੱਧ ਤੋਂ ਵੱਧ ਜਿਹੜਾ ਇਹ ਵਜ਼ਨ ਪਾ ਕੇ ਇਹ ਲਿਜਾਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਗੱਡੀਆਂ ਜਿਹੜੀਆਂ ਇੰਨਾ ਵਜ਼ਨ ਲਿਜਾਣ ਦੇ ਯੋਗ ਨਹੀਂ ਆ ਸਰਕਾਰ ਜਾਂ ਆਪਣੇ ਲੋਕਲ ਪ੍ਰਸ਼ਾਸਨ ਜਿਹੜਾ ਆ ਆਪਣੀ ਪਰਚੀ ਦੇ ਚੱਕਰ ਦੇ ਵਿੱਚ ਆਪਣੀ ਸਿਰਫ ਮਹੀਨੇ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਨਹੀਂ ਰੋਕਦਾ ਸੋ ਇਹ ਬਹੁਤ ਹੀ ਸੇਮ ਸੇਮ ਵਾਲੀ ਗੱਲ ਹੈ ਸਰਕਾਰ ਜਿਹੜੀ ਹੈ ਇਹਦੇ ਲਈ ਜ਼ਿੰਮੇਵਾਰ ਹੈ ਸਰਕਾਰ ਜਿਹੜੀ ਹੈ ਇਹਨਾਂ ਦੇ ਉੱਪਰ ਨੱਥ ਪਾਵੇ ਤਾਂ ਜੋ ਆਮ ਲੋਕਾਂ ਦਾ ਜਿਹੜਾ ਜੀਣਾ ਮਾਹੌਲ ਹੋ ਚੁੱਕਾ ਆ ਉਹ ਦੁਬਾਰ ਹੋ ਚੁੱਕਾ ਹੈ ਉਹਦੇ ਵਿੱਚ ਸੁਧਾਰ ਆ ਚੱਕੇ ਬਾਕੀ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ ਸਾਡੇ ਡਿਪਟੀ ਸਪੀਕਰ ਜਿਹੜੇ ਐ ਇਸ ਗੜシャンਕਰ ਦੇ ਵਿੱਚ ਐ ਉਹ ਪਿੰਡਾਂ 'ਚ ਬੰਡੀਆਂ ਪਾਣ ਦਾ ਜਾਣਦੇ ਐ ਪਰ ਇਦਾਂ ਦੇ ਕੰਮ ਕਰਾਣ ਨਹੀਂ ਜਾਣਦੇ